ਤੇ ਬਟਾਲਾ ਵਿੱਚ ਲੋਕ ਸੇਵਾ ਕੈਂਪ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹੁੰਚੇ, ਜਿੱਥੇ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਰੈਲੀ ਨੂੰ ਬੇਅਸਰ ਬੋਲਿਆ। ਲੋਕ ਸਭਾ ਚੋਣਾਂ 'ਚ 13 ਸੀਟਾਂ 'ਤੇ ਕਾਂਗਰਸ ਦੀ ਜਿੱਤ ਹੋਣ ਦਾ ਦਾਅਵਾ ਕੀਤਾ। ਉਹਨਾਂ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਦਾ ਵਿਕਾਸ ਕਰਨ ਲਈ ਗ੍ਰਾਂਟ ਵੀ ਜਾਰੀ ਕੀਤੀ। ਇਸ ਦੇ ਨਾਲ ਹੀ ਉਹਨਾਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੂੰ ਰਾਏ ਦਿੰਦਿਆਂ ਕਿਹਾ ਕਿ ਸਰਕਾਰ ਦੇ ਖਿਲਾਫ ਧਰਨੇ ਲਗਾਉਣੇ ਉਹ ਬੰਦ ਕਰ ਦੇਣ, ਕਿਉਂਕਿ ਬਟਾਲਾ ਦੇ ਵਿਕਾਸ ਦੇ ਲਈ ਸਰਕਾਰ ਕਰੋੜਾਂ ਦੇ ਪ੍ਰੋਜੈਕਟ ਲੈ ਕੇ ਆ ਰਹੀ ਹੈ। ਕਿ ਇਹਦੇ ਨਾਲ ਕੀ ਪੈਣਾ, ਉਹ ਜਿਹੜਾ ਮਰਜ਼ੀ ਕੋ ਆ ਕੇ ਆਪਣੀ ਰੈਲੀ ਕਰੇ, ਉਹ ਸਾਨੂੰ ਕੀ ਫਰਕ ਪੈਣਾ। ਬਾਕੀ ਰਿਜ਼ਲਟ ਤੁਹਾਨੂੰ ਦੱਸ ਹੀ ਦੇਊਗਾ ਵੀ ਕਿੰਨਾ ਕੁ ਫਰਕ ਪੈਣਾ। ਤੇਰਾਂ ਦੀਆਂ 13 ਸੀਟਾਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਾਨੋ ਸ਼ੌਕਤ ਨਾਲ ਪੰਜਾਬ ਜਿੱਤਣਗੇ ਤੇ 14ਵੀਂ ਚੰਡੀਗੜ੍ਹ ਦੀ, ਕਿਉਂਕਿ ਉਹ ਵੀ ਪੰਜਾਬ ਦਾ ਹਿੱਸਾ ਵਾ। ਕੋਈ ਬਾਗੀ ਨਹੀਂ ਹੋ ਰਿਹਾ, ਕੋਈ ਬਾਗੀ ਨਹੀਂ ਹੋ ਰਿਹਾ ਬਿਲਕੁਲ। ਕੱਲ੍ਹ ਲਾਡੀ ਹੋਰੀ ਵੀ ਜਾ ਕੇ ਕੈਪਟਨ ਸਾਹਿਬ ਦੇ ਬੈਠੇ ਸੀਗੇ, ਉਹਨਾਂ ਆਪਣਾ ਸਪਸ਼ਟੀਕਰਨ ਦਿੱਤਾ। ਜੀਰਾ ਸਾਹਿਬ ਵੀ ਕੈਪਟਨ ਸਾਹਿਬ ਮਿਲਿਆ, ਕੋਈ ਬਾਗੀ ਨਹੀਂ ਹੋ ਰਿਹਾ, ਛੋਟੀ ਜਿਹੀ ਗੱਲ ਨੂੰ ਵਧਾਇਆ ਬਹੁਤ ਜਾ ਰਿਹਾ। ਸਰ, ਕੁਛ MLA ਤੁਹਾਡੇ ਆਪਣੇ ਗੁਰਜੀਤ ਰਾਣਾ ਵੀ ਕਹਿ ਰਿਹਾ ਕਿ ਜਿਹੜੇ ਇਲੈਕਸ਼ਨ ਨੇ ਉਹ ਨਜ਼ਦੀਕ ਆ ਰਹੇ, ਤਾਂ ਹੁਣ MLA ਨੂੰ ਫੰਡ ਜਾਰੀ ਕੀਤੇ ਜਾ ਰਹੇ? ਨਹੀਂ ਜੀ, ਫੰਡ ਸਾਡੇ ਅਸੀਂ ਤਾਂ ਜਾਰੀ ਕੀਤੇ, ਸਾਡੀਆਂ ਪੰਚਾਇਤਾਂ ਹੁਣ ਬਣੀਆਂ ਨੇ, ਇਸ ਕਰਕੇ ਪੰਚਾਇਤਾਂ ਨੂੰ ਜਾਰੀ ਕੀਤੇ, MLA ਨੂੰ ਨਹੀਂ। ਪੰਚਾਇਤਾਂ ਨੂੰ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਕੀਤਾ ਗਿਆ ਵਾ, ਸੋ ਇਹ ਮਸਲਾ ਵਾ। ਜਿੱਥੇ MLA ਨਹੀਂ ਉੱਥੇ ਵੀ ਦਿੱਤੇ ਆ, ਹਰ ਹਲਕੇ 'ਚ ਦਿੱਤੇ ਗਏ ਆ। ਬਟਾਲੇ 'ਚ MLA ਨਹੀਂ ਤੇ ਬਟਾਲੇ 'ਚ ਵੀ ਦਿੱਤੇ ਗਏ ਆ, ਇਸ ਕਰਕੇ MLA ਨਹੀਂ, ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਡਿਵੈਲਪਮੈਂਟ ਫੰਡ ਜਾਰੀ ਕੀਤੇ ਗਏ। ਕੋਈ ਗੰਦਗੀ ਨਹੀਂ, ਕੁਛ ਨਹੀਂ, ਜਿਹੜੇ ਜ਼ਰੂਰੀ ਕੰਮ ਨੇ ਉਹ ਸਗੋਂ ਬਾਬੇ ਨਾਨਕ ਦੇ ਨਾਂ 'ਤੇ ਕੋਈ 200 ਕਰੋੜ ਦੇ ਅਸੀਂ ਸਕੀਮਾਂ ਬਣਾ ਕੇ ਦੇ ਕੇ ਹਾਂ, ਇਸ ਬਜਟ ਦੇ ਵਿੱਚ ਅਸੀਂ ਰੱਖਣਾ ਚਾਹੁੰਦੇ ਹਾਂ। ਹਸਲੀ ਨੂੰ ਠੀਕ ਕਰਨ ਲਈ 30 ਕਰੋੜ ਦੀ ਸਕੀਮ ਬਣੀ ਹੈ, ਉਹ ਹਾਊਸਿੰਗ ਡਿਪਾਰਟਮੈਂਟ ਕਰ ਰਿਹਾ ਵਾ। ਬਾਕੀ ਸੜਕਾਂ ਦੇ ਟੈਂਡਰ ਜਿਹੜੇ ਨੇ ਖੁੱਲ੍ਹ ਗਏ ਨੇ, ਰਿਪੇਅਰ ਮਿਸਲ ਕਮੇਟੀ ਵਾਲੇ ਕੰਮ ਸ਼ੁਰੂ ਕੀਤੇ ਨੇ, ਕਰਨ ਲੱਗੇ ਨੇ, ਸੋ ਇਹੋ ਜਿਹਾ ਕੋਈ ਮਸਲਾ ਨਹੀਂ। ਸੋ ਮੈਂ ਤਾਂ ਕਾ ਵੀਡੀਓ ਦੇਖੀ ਹੈ ਕਿ ਲੋਕਲ ਲੀਡਰ ਦੀ, ਵੀ ਮੈਂ ਕੱਲ੍ਹ CM ਸਾਹਿਬ ਨੂੰ ਮਿਲਿਆ ਅਤੇ ਮੈਂ ਗੱਲ ਆਖੀ ਆ, ਕੱਲ੍ਹ ਹੀ CM ਸਾਹਿਬ ਨੂੰ ਮਿਲਿਆ, ਕੱਲ੍ਹ ਹੀ ਥੋੜ੍ਹਾ ਟੈਂਡਰ ਲੱਗ ਗਏ, ਕੱਲ੍ਹ ਹੀ ਟੈਂਡਰ ਖੋਲ੍ਹ ਗਏ ਤਾਂ ਅੱਜ ਕੰਮ ਸ਼ੁਰੂ ਹੋ ਗਿਆ। ਕੰਮ 'ਤੇ ਅਸੀਂ ਪੁਰਾਣੇ ਆਪਣੇ MP ਸਾਹਿਬ ਲੱਗੇ ਹੋਏ ਨੇ ਬੜੇ ਸੀਰੀਅਸਲੀ, MP ਸਾਹਿਬ ਦੀ ਮਦਦ ਨਾਲ ਇੱਥੇ ਪੈਸੇ ਆ ਰਹੇ ਨੇ, ਅਤੇ ਤਕਰੀਬਨ ਜਿਹੜਾ ਅਗਲੇ ਸਾਲ ਦੇ ਵਿੱਚ ਅਸੀਂ ਬਹੁਤ ਕੁਝ ਕਰਾਂਗੇ। ਪੁਲ ਵੀ 3 ਬਣਾਉਣੇ ਆ, ਜਿਹੜੀ ਹਸਲੀ ਆ ਉਹਨੂੰ ਵੀ ਬਿਊਟੀਫਾਈ ਕਰਨਾ, ਉਹਨੂੰ ਸਾਫ਼ ਸੁਥਰਾ ਕਰਨਾ, ਉਹਦੇ ਦੋਵੇਂ ਪਾਸੇ ਪਾਰਕ ਬਣਾਉਣੇ, ਲਾਈਟਾਂ ਲਾਉਣੀਆਂ ਨੇ। 30 ਕਰੋੜ ਦਾ ਪ੍ਰੋਜੈਕਟ ਹਾਊਸਿੰਗ ਡਿਪਾਰਟਮੈਂਟ ਨੇ ਬਣਾਇਆ। ਸਰ, ਤੁਸੀਂ ਗੱਲ ਕੀਤੀ ਆ, ਉਸੇ ਵੀਡੀਓ ਦੇ ਵਿੱਚ ਹੀ ਉਸੇ ਅਸ਼ਵਨੀ ਸੇਖੜੀ ਲੀਡਰ ਨੇ ਇਹ ਗੱਲ ਕਹੀ ਹੈ ਕਿ 26,000 ਦੀ ਲੀਡ ਨਾਲ ਜਿਤਾਇਆ, ਲੇਕਿਨ ਉਹਨਾਂ ਨੂੰ ਅਫਸੋਸ ਆ, ਉਹਨਾਂ ਦਾ ਕੋਈ ਹਾਲ ਬੁਰਾ। ਸੈਕੰਡਲੀ ਉਹਨਾਂ ਦਾ ਆਪਣਾ ਹਾਲ ਬੁਰੇ ਦੀ ਮੈਨੂੰ ਪਤਾ ਨਹੀਂ, ਪਿੰਡ ਦਾ ਸ਼ਹਿਰ ਦਾ ਹਾਲ ਠੀਕ ਹੋ ਗਿਆ ਕੋਈ ਗੱਲ। ਸਰ, ਉਹਨਾਂ ਦਾ ਸਾਫ਼ ਕਹਿਣਾ ਸੀ ਕਿ ਬਟਾਲੇ ਦੇ ਵਿੱਚ ਜਿਹੜੀ ਸਾਜਿਸ਼ ਕੀਤੀ ਜਾ ਰਹੀ ਹੈ। ਚਲੋ, ਹਾਂ, ਸਾਜਿਸ਼ ਕਿਉਂ ਕਰਨੀ ਹੈ, ਪਰਮਾਤਮਾ ਪਹਿਲਾਂ ਤਾਂ ਆਪਣੇ ਘਰ ਦੀ ਸਾਜਿਸ਼ ਮੁਕਾ ਲੈਣ, ਭਰਾ ਦੋਵੇਂ ਇਕੱਠੇ ਹੋ ਜਾਣ, ਬਹੁਤ ਚੰਗੀ ਗੱਲ ਹੋਵੇਗੀ। ਸਾਜਿਸ਼ ਕਾਹਨੂੰ ਕਰਨੀ ਹੈ, ਸਾਡਾ ਭਾਈਵਾਲ ਆ, ਸਾਡਾ ਛੋਟਾ ਭਰਾ ਵਾ, ਕਾਂਗਰਸੀ ਵੀਰ ਆ, ਅਸੀਂ ਤਾਂ ਉਹਦੀ ਤਰੱਕੀ ਚਾਹੁੰਦੇ ਹਾਂ, ਉਹ ਵਧੇ ਫੁੱਲੇ ਜੇ, ਅੱਜ ਘਰ ਗਿਆ, ਅਗਲੇ ਵਾਰ ਜਿੱਤੇ ਜੀ। ਸਰ, ਉਹਦੇ